ਅਸਲਾਮ ਅਲੈਕਮ ਜੀ ਭਾਈ ਜੀ ਮਕਈ ਦਾ ਬੀਜ ਜਿਹੜਾ 8000 ਰੁਪਏ ਦਾ ਵਿਕਦਾ ਹੈ ਉਹ 14000 ਰੁਪਏ ਦਾ ਬਲੈਕ ਵੇਚਦੇ ਪਏ ਨੇ ਇੰਤਜ਼ਾਮੀਆ ਕਿੱਧਰ ਗਈ ਕੋਈ ਨੋਟਿਸ ਨਹੀਂ ਲਿਆ ਜਾਂਦਾ ਹੁਣ ਤਾਂ ਇੰਨੀ ਕੁ ਮਹਿੰਗਾਈ ਹੋ ਗਈ ਕਿ ਜ਼ਿਮੀਦਾਰ ਕਿੱਧਰ ਨੂੰ ਜਾਵੇ ਜ਼ਿਮੀਦਾਰ ਇੰਨਾ ਪਰੇਸ਼ਾਨ ਹੈ ਕਿ ਉਹ ਕਿੱਧਰ ਨੂੰ ਜਾਵੇ ਸਰ ਜਿਹੜਾ ਪਹਿਲੇ 2000 ਨੂੰ ਬੀਜ ਸੀ ਉਹ 8000 ਨੂੰ ਮਿਲਦਾ ਪਿਆ ਇੰਤਜ਼ਾਮੀਆ ਹੁਣ ਕਿੱਧਰ ਗਈ ਹੈ ਠੀਕ ਹੈ ਇਹਦਾ ਬਕਾਇਦਾ ਨੋਟਿਸ ਲਿਆ ਜਾਵੇ ਵਜ਼ੀਰ ਆਜ਼ਮ ਵਾਸਤੇ ਕਿ ਜਿਹੜਾ ਨਾ ਇਹਨੂੰ ਨੋਟਿਸ ਲਿਆ ਜਾਵੇ ਕਿ ਸਸਤਾ ਕੀਤਾ ਜਾਵੇ ਜੋ ਵੀ ਸੂਰਤ ਹਾਲ ਹੈ ਜਿਹੜਾ ਨਾ ਵੀ ਬਲੈਕ 'ਚ ਵਿਕਦਾ ਪਿਆ ਇਹ ਸਸਤਾ ਕੀਤਾ ਜਾਵੇ ਇਹਨਾਂ ਦੇ ਨੋਟਿਸ ਲਿਆ ਜਾਵੇ ਅਸਲਾਮ ਅਲੈਕੁਮ ਜੀ ਮੇਰਾ ਨਾਮ ਕਾਸਮ ਹੈ ਮੈਂ ਜ਼ਿਮੀਦਾਰ ਬੰਦਾ ਤਲਵੰਡੀ ਦੇ ਰਹਿਣ ਵਾਲਾ ਨਾਲ ਬਾਗਾ ਲਖੂ ਹੈ ਠੀਕ ਹੈ ਜੀ ਸਾਨੂੰ ਬਲੈਕ ਦੇ ਵਿੱਚ ਬੀਜ ਮਿਲਦਾ ਪਿਆ 8000 ਦਾ ਤੋੜਾ 14000 ਰੁਪਏ ਦਾ ਮਿਲਦਾ ਪਿਆ ਜਿਹਨੂੰ ਵੀ ਕਹੀਏ ਕਿ ਵੀ ਕੀ ਹੈ ਉਹ ਕਹਿੰਦੇ ਨੇ ਤਬਦੀਲੀ ਆ ਗਈ ਹੈ ਕਿੱਥੇ ਗਏ ਨੇ ਇੰਤਜ਼ਾਮੀਆ ਕੋਈ ਨਹੀਂ ਇਨਸਾਫ ਨਹੀਂ ਮਿਲ ਰਿਹਾ ਹਰ ਚੀਜ਼ ਮਹਿੰਗੀ ਹੋ ਰਹੀ ਹੈ ਕਿਸੇ ਨੂੰ ਵੀ ਕਹੀਏ ਤਬਦੀਲੀ ਆ ਗਈ ਸਾਨੂੰ ਤਾਂ ਇਨਸਾਫ ਚਾਹੀਦਾ ਹੈ ਕੋਈ ਇਨਸਾਫ ਦੇਣ ਵਾਲਾ ਹੈ ਵਜ਼ੀਰ ਅਲਾ ਸਾਹਿਬ ਨੇ ਜਿਹੜੇ ਵੀ ਨੇ ਅਸੀਂ ਇਮਰਾਨ ਖਾਨ ਕੋਲ ਪੁੱਛਦੇ ਪਏ ਹਾਂ ਸਾਨੂੰ ਤਬਦੀਲੀ ਚਾਹੀਦੀ ਕਿਹੜੀ ਤਬਦੀਲੀ ਆ ਗਈ ਹੈ ਹਰ ਚੀਜ਼ ਮਹਿੰਗਾ ਮਿਲਦਾ ਪਿਆ ਬੀਜ ਮਹਿੰਗਾ ਮਿਲਦਾ ਪਿਆ ਖਾਦ ਮਹਿੰਗੀ ਹੋ ਗਈ ਹੈ ਹੱਥ ਨਹੀਂ ਲਾਇਆ ਜਾ ਰਿਹਾ ਅਸੀਂ ਵੀ ਮਾੜੇ ਬੰਦੇ ਹਾਂ ਅਸੀਂ ਵੀ ਠੇਕਾ ਦੇਣਾ ਹੁੰਦਾ 65000 ਰੁਪਈਆ ਅਤੇ ਸਾਨੂੰ ਦੱਸੋ ਨਾ ਸਾਡੇ ਅਸੀਂ ਕਿੱਧਰ ਜਾਈਏ ਵੀ ਮਾੜੇ ਬੰਦੇ ਹਾਂ ਅਸੀਂ ਇੱਥੋਂ ਹੀ ਖਾਣਾ ਇੱਥੇ ਕਮਾਉਣਾ ਹੈ ਹੁਣ ਕਾਰਜ ਬੱਜੀ ਵੇਖਣ ਉਹਨਾਂ ਨੂੰ ਨਾਲ ਲਾਈਏ ਅਤੇ ਸਾਨੂੰ ਕੋਈ ਚੀਜ਼ ਇਹੋ ਜਿਹੇ ਤਾਫਜ਼ ਨਹੀਂ ਮਿਲ ਰਿਹਾ ਅਤੇ ਮਿਹਰਬਾਨੀ ਕਰੋ ਸਾਨੂੰ ਇਨਸਾਫ ਚਾਹੀਦਾ ਕੋਈ ਵੀ ਨਹੀਂ ਆਉਂਦਾ ਇੱਥੇ ਰੇਹੜੀਆਂ ਵਾਲੇ ਫਲੂਟ ਲਾ ਲੈਂਦੇ ਨੇ ਪੁੱਛਣ ਵਾਲੇ ਹੁੰਦੇ ਨੇ ਇਹਨਾਂ ਨੂੰ ਲੇਕਿਨ ਬਲੈਕ 'ਚ ਵੇਚ ਰਹੇ ਇਹਨਾਂ ਨੂੰ ਕੋਈ ਪੁੱਛਣ ਵਾਲਾ ਨਹੀਂ ਹੈਗਾ ਨਾ ਕੋਈ ਇੰਤਜ਼ਾਮੀਆ ਨਾ ਕੋਈ ਲੈਣਾ ਨਾ ਦੇਣਾ ਤਬਦੀਲੀ ਦੇ ਮਾਮਲਾ 'ਚ ਥੋੜ੍ਹੀ ਜਿਹੀ ਗੱਲ ਕਰਨੀ ਸੀ ਜੀ ਭਾਈ ਮੈਂ ਇੱਕ ਜ਼ਿਮੀਦਾਰ ਹਾਂ ਅੱਜ ਤੋਂ ਹਫ਼ਤਾ ਪਹਿਲੇ ਬੀਜ ਮਿਲ ਰਿਹਾ ਸੀ 8000 ਦਾ 9000 ਦਾ ਔਰ ਅੱਜ ਬੀਜ ਲੈਣ ਆਇਆ ਮੈਂ ਉਹੀ ਬੀਜ ਮੈਨੂੰ ਮਿਲ ਰਿਹਾ 12000 ਦਾ 13000 ਦਾ ਮੈਂ ਵਜ਼ੀਰ ਆਲਾ ਵਜ਼ੀਰ ਆਜ਼ਮ 'ਤੇ ਰਿਕੁਐਸਟ ਕਰ ਰਿਹਾ ਕਿ ਲਿਹਾਜ਼ਾ ਇਹ ਕਿਹੜੀ ਤਬਦੀਲੀ ਹੈਗੀ ਹੈ ਕਿ ਜਿਹਦੇ ਵਿੱਚ ਸਾਨੂੰ ਕੋਈ ਰਿਲੀਫ ਨਹੀਂ ਮਿਲਦਾ ਪਿਆ